ਸ਼੍ਰੋਮਣੀ ਕਮੇਟੀ ਨੇ ਤਾਂ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸਮਾਵਾਂ ਜਿਹੜੀਆਂ ਨੇ ਦੋ ਅਹਿਮ ਸਮਾਵਾਂ ਜਿਹੜੀਆਂ ਤੁਹਾਡੇ ਕੋਲ ਆ ਗਈਆਂ ਨੇ, ਕਿਸ ਤਰ੍ਹਾਂ ਇਹਨਾਂ ਨੂੰ ਨਿਭਾਵਾਂਗੇ, ਕੀ ਜ਼ਿੰਮੇਵਾਰੀਆਂ ਜਿਹੜੀਆਂ ਪੰਥ 'ਚ ਚੁਣੌਤੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸਿੱਖ ਪੰਥ ਨੂੰ ਲੈ ਕੇ, ਉਹ ਦੇਸ਼ ਵਿਦੇਸ਼ ਦੇ ਕਿੱਦਾਂ ਫਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ, ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਹੀ ਵੱਡੀ ਕਿਰਪਾ ਕਰਕੇ ਬਹੁਤ ਤਰੁੱਟ ਕੇ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਜਿਹੜੀ ਸੇਵਾ ਜੋੜੀ ਵਿੱਚ ਪਾਈ ਹੈ ਉਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਮੱਥਾ ਟੇਕ ਵੀ ਗੁਰੂ ਚਰਨਾਂ ਵਿੱਚ ਇਹੀ ਅਰਦਾਸ ਕਰ ਰਹੀ ਹੈ ਕਿ ਸਤਿਗੁਰੂ ਜੀ ਤੇਰਾ ਕੀਤਾ ਜਾਤੋਂ ਨਾ ਹੀ ਮੈਨੂੰ ਯੋਗ ਕੀਤੋ ਹੀ, ਕਿ ਸਤਿਗੁਰੂ ਕਿਰਪਾ ਕਰਕੇ ਆਪ ਹੀ ਸਾਨੂੰ ਇਸ ਯੋਗ ਕਰ ਲਓ ਕਿ ਅਸੀਂ ਇਹ ਜਿਹੜੀਆਂ ਸੇਵਾਵਾਂ ਨੇ ਇਹ ਨਿਭਾ ਸਕੀਏ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਗਤ ਦੀ ਅਸੀਂ ਸੰਗਤ ਦੇ ਸਹਿਯੋਗ ਤੋਂ ਬਿਨਾਂ ਇਹ ਸੇਵਾਵਾਂ ਜਿਹੜੀਆਂ ਨੇ ਨਹੀਂ ਕੀਤੀਆਂ ਜਾ ਸਕਦੀਆਂ। ਗੁਰੂ ਆਪ ਹੀ ਕਿਰਪਾ ਕਰਦੇ ਅਤੇ ਇਹ ਸੇਵਾ ਕੀਤੀ ਜਾ ਸਕਦੀ ਹੈ। ਸਿੰਘ ਸਰ ਜੀ, ਬੇਦਬੀਆਂ ਦਾ ਮਾਮਲਾ ਜਿਹੜਾ ਨਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਬੇਦਬੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ, ਗੁਰਬਾਣੀ ਦੀਆਂ ਵੀ ਬੇਦਬੀਆਂ ਹੁੰਦੀਆਂ, ਗੁਰਦੁਆਰਿਆਂ 'ਚ ਜਾ ਕੇ ਹੁਣ ਤਾਂ ਸ਼ਰੇਆਮ ਜਿਹੜੇ ਨੇ ਲੋਕ ਜਿਹੜੇ ਬੇਦਬੀਆਂ ਕਰਦੇ, ਆਪਾਂ ਕਿਸ ਤਰ੍ਹਾਂ ਇਹਨੂੰ ਤੁਸੀਂ ਰੀਸੈਂਟ ਕਰਾਂਗੇ ਸੰਗਤ ਨੂੰ ਕੀ ਇਸ ਲਈ? ਦੇਖੋ, ਬਹੁਤ ਸਾਰੀਆਂ ਅਪੀਲਾਂ ਪੰਥ ਨੂੰ ਪਹਿਲਾਂ ਵੀ ਕੀਤੀਆਂ ਜਾਂਦੀਆਂ, ਹੁਣ ਵੀ ਕਰਾਂਗੇ, ਔਰ ਕੋਈ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਐਸੀ ਚਲਾਉਣ ਦਾ ਯਤਨ ਕਰਾਂਗੇ ਕਿ ਜਿਹੜੀ ਜਾਗਰੂਕਤਾ ਸੰਗਤ ਦੇ ਵਿੱਚ ਪੈਦਾ ਕੀਤੀ ਜਾਏ, ਪ੍ਰਬੰਧਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਏ ਤਾਂ ਕਿ ਗੁਰੂ ਸਾਹਿਬ ਦੀ ਜਿਹੜੀ ਪਹਿਰੇਦਾਰੀ ਹੈ ਉਹਨੂੰ ਲਾਜ਼ਮੀ ਕੀਤਾ ਜਾਏ। ਜੇਕਰ ਗੁਰੂ ਸਾਹਿਬ ਦੀ ਪਹਿਰੇਦਾਰੀ ਲਾਜ਼ਮੀ ਨਹੀਂ ਕੀਤੀ ਜਾ ਸਕਦੀ ਤਾਂ ਇਹ ਬੜਾ ਔਖਾ ਹੈ ਕਿ ਬੇਦਬੀਆਂ ਨੂੰ ਅਸੀਂ ਰੋਕ ਪਾਈਏ। ਇੱਕ ਪ੍ਰਚਾਰ ਔਰ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰਕੇ ਸੰਗਤ ਨੂੰ ਇਸ ਤੋਂ ਜਾਣੂ ਕਰਵਾਵਾਂਗੇ। ਨੌਜਵਾਨ ਪੀੜ੍ਹੀ ਜਿਹੜੀ ਹੈ ਪਤਕ ਪੁੰਨੇ ਵੱਲ ਜਾ ਰਹੀ ਹੈ, ਨਸ਼ਿਆਂ ਵੱਲ ਜਾ ਰਹੀ ਹੈ, ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਵਾਪਸ ਲਿਆਵਾਂਗੇ ਕਿ ਖਾਲਸਾ ਵੀਰ ਵਰਗੀ ਕੋਈ ਵੀਰ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੀ? ਦੇਖੋ, ਤਕਰੀਬਨ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਸਾਰੇ ਯਤਨ ਐਸੇ ਕੀਤੇ ਜਾਂਦੇ ਨੇ ਔਰ ਥਾਂ ਥਾਂ 'ਤੇ ਅਸੀਂ ਆਪਣੇ ਜਿਹੜੇ ਸਾਹਿਬ ਆਫਿਸ ਵੀ ਖੋਲ੍ਹੇ ਹੋਏ ਨੇ, ਧਰਮ ਪ੍ਰਚਾਰ ਦੇ ਕੇਂਦਰ ਅਸੀਂ ਬਣਾਏ ਹੋਏ ਨੇ, ਉੱਥੋਂ ਪ੍ਰਚਾਰ ਕੀਤਾ ਜਾਂਦਾ ਹੈ। ਔਰ ਵੱਡੀ ਗਿਣਤੀ ਵਿੱਚ ਪੰਜ ਪਿਆਰੇ ਸਾਹਿਬਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਹੋਰ ਤਖ਼ਤ ਸਾਹਿਬਾਨਾਂ ਤੋਂ, ਪੰਜਾਬ, ਪੰਜਾਬ ਤੋਂ ਬਾਹਰ, ਹਿੰਦੁਸਤਾਨ ਤੋਂ ਬਾਹਰ ਵੀ ਅੰਮ੍ਰਿਤ ਸੰਚਾਰ ਕਰਨ ਵਾਸਤੇ ਲੋੜ ਪੈਂਦੀ ਹੈ ਤਾਂ ਜਾਂਦੇ ਨੇ। ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਯਤਨ ਕੀਤਾ ਜਾਏਗਾ ਔਰ ਤਾਂ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਕੋਈ ਪਤ ਤੋਂ ਹੋ ਰਹੇ ਨੇ ਜਾਂ ਨਸ਼ਿਆਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਉਹ ਸਿੱਖੀ ਸਰੂਪ ਔਰ ਸਿੱਖੀ ਦੇ ਮਾਰਗ ਵੱਲ ਜਿਹੜਾ ਉਹ ਤੋਰਿਆ ਜਾਏ।